ਮਜੀਠੀਏ ਦਾ ਇੱਕ ਨੰਬਰ ਤੇ ਨਾ ਆਇਆ ਹਰਕਤ ਚ ਆਇਆ ਪ੍ਰਸ਼ਾਸਨ ਥੋੜੇ ਦਿਨਾਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਆ ਜਾਂਦਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਚੱਲਣ ਦਾ ਜਿਹੜਾ ਬਿਆਨ ਹੈ ਇਹ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲਾ ਬਿਆਨ ਹੈ ਵਰਿੰਦਰ ਰਾਜਾ ਦਾ ਤੇ ਦਵਿੰਦਰ ਕਾਤ ਸ਼ਰਮਾ ਦਾ ਮਜੀਠੀਏ ਦਾ ਤੇ ਰਤਨ ਅਜਨਾਲੇ ਦਾ ਨਸ਼ਿਆਂ ਦੀ ਸਪਲਾਈ ਦੇ ਵਿੱਚ ਕੋਈ ਸੰਬੰਧ ਨਹੀਂ ਹੈ ਉਪ ਮੁੱਖ ਮੰਤਰੀ ਇਹ ਬਿਆਨ ਦਿੰਦਾ ਹੈ ਇੱਕ ਬਿਆਨ ਦੇ ਵਿੱਚ ਆਪਦੇ ਰਿਸ਼ਤੇਦਾਰਾਂ ਨੂੰ ਬਰੀ ਕਰ ਜਾਂਦਾ ਫਲਾਣੇ ਐਮਐਲਏ ਦੀ ਘਰ ਵਾਲੀ ਵੇਚਦੀ ਹੈ ਫਲਾਣੇ ਵਜ਼ੀਰ ਦਾ ਰਿਸ਼ਤੇਦਾਰ ਵੇਚਦਾ ਹੈ ਫਲਾਣੀ ਜਗ੍ਹਾ ਤੇ ਚੇਅਰਮੈਨ ਬੁਕਵਾਉਂਦਾ ਹੈ ਪਰ ਇਹ ਖੁੰਡ ਗੱਲਾਂ ਨੇ ਅਸੀਂ ਖੁੰਡ ਗੱਲਾਂ ਕਦੇ ਵੀ ਲੈ ਕੇ ਨਹੀਂ ਆਉਂਦੇ ਅਸੀਂ ਤੱਥ ਲੈ ਕੇ ਆਉਂਦੇ ਹਾਂ ਆਹ ਸਬੂਤ ਪਏ ਨੇ ਜਿਹਦੀ ਮਰਜ਼ੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਵਹਿਸ਼ ਕਰ ਜਗਦੀਸ਼ ਭੋਲਾ ਨੇ ਹੋਰਾਂ ਦੇ ਨਾਂ ਬਹੁਤ ਲਏ ਇੱਕ ਚੁੰਨੀ ਲਾਲ ਗਾਬਾ ਦਾ ਨਾਂ ਲਿਆ ਉਹਦੀ ਹਿਮਾਚਲ ਦੇ ਵਿੱਚ ਗਗਰੇਟ ਸ਼ਹਿਰ ਦੇ ਵਿੱਚ ਫੈਕਟਰੀ ਹੈ ਆਈਸ ਤਿਆਰ ਕਰਦੀ ਹੈ ਉਹ ਆਈਸ ਨਸ਼ਾ ਉਹਦੇ ਸਟੋਰ ਦੇ ਵਿੱਚੋਂ 600 ਕਰੋੜ ਦੀ ਨਸ਼ਿਆਂ ਦੀ ਤਸਕਰੀ ਦਾ ਸਮਾਨ ਫੜਿਆ ਗਿਆ ਚੁੰਨੀ ਲਾਲ ਗਾਬਾ ਦੀ ਡਾਇਰੀ ਵਿੱਚੋਂ ਇਹ ਨਿਕਲਿਆ ਕਿ ਜਿਹੜਾ ਜੇਲ੍ਹ ਮੰਤਰੀ ਹੈ ਸਰਬਣ ਸਿੰਘ ਉਹਦਾ ਮੁੰਡਾ ਦਵਨਵੀਰ ਦਵਿੰਦਰ ਪਾਲ ਨਾਲ ਤੇ ਵਰਿੰਦਰ ਰਾਜਾ ਨਾਲ ਮੇਰੀ ਮੁਲਾਕਾਤ ਉਹਨੇ ਕਰਵਾਈ ਆ ਉਹਨੇ ਕੰਟੈਕਟ ਕਰਵਾਇਆ ਬਈ ਇੱਥੋਂ ਮਾਲ ਚੱਕਿਆ ਕਰਦੇ ਵਿੱਚ ਆਹ ਸਾਨੂੰ ਕਰਨਾ ਚਾਹੀਦਾ ਕਰਨ ਦਾ ਫੈਸਲਾ ਆਪਾਂ ਕਰ ਲਿਆ ਹੁਣ ਫਿਰ ਇਹ ਵਿਚਾਰਨਾ ਪਊਗਾ ਵੀ ਅਖਾੜੇ 'ਚ ਜਿਹੜਾ ਪਹਿਲਵਾਨ ਆਇਆ ਉਹ ਤਾਂ ਬਾਈ ਆਪਣੇ ਨਾਲੋਂ ਬਾਹਲਾ ਤਕੜਾ ਜਿਹੜਾ ਨਸ਼ੇ ਵਾਲਾ ਮੁੱਦਾ ਇਹਦਾ ਮਤਲਬ ਇਹ ਬਣਦਾ ਹੈ ਵੀ ਨਸ਼ੇ ਵਾਲਾ ਮੁੱਦਾ ਸਾਡੀ ਜਥੇਬੰਦੀ ਦੇ ਕੱਦ ਤੋਂ ਕਿਤੇ ਵੱਡਾ ਹੈ ਜਦੋਂ ਆਪ ਤੋਂ ਤਕੜੇ ਪਹਿਲਵਾਨ ਨੂੰ ਹੱਥ ਪਾਉਂਦੇ ਹਾਂ ਆਪਾਂ ਬਾਈ ਫਿਰ ਆਪਾਂ ਨਾਲ ਦੇ ਬੰਦੇ ਨੂੰ ਐਂ ਕਹਿ ਕੇ ਜਾਂਦੇ ਵੀ ਅਸੀਂ ਪੰਗਾ ਤਾਂ ਲੈਂਦੇ ਸਾਡੀ ਮਦਦ ਕਰਦੀ ਜੇ ਢਾਉਣ ਲੱਗਿਆ ਲੱਤ ਬਾਂਹ ਖਿੱਚਣੀ ਚਾਹੇ ਢਾਈ ਲਵੇ ਇਹ ਐਡਾ ਇਸ਼ੂ ਹੈ ਆਪਣੇ ਤੋਂ ਇਕੱਲਿਆਂ ਤੋਂ ਇਹ ਜਿੱਤਿਆ ਨਹੀਂ ਜਾਣਾ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਇਸ਼ੂ ਆਹ ਜਿੱਥੇ ਤੁਸੀਂ ਬੈਠੇ ਹੋ ਕੋਰਟਾਂ ਕਚਹਿਰੀਆਂ ਚ ਇੱਥੇ ਐਸ ਅਲਾਮਤ ਤੋਂ ਐਸ ਬਿਮਾਰੀ ਤੋਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਬਚਿਆ ਹੋਇਆ ਇਹ ਸਾਰੇ ਦੀ ਮਾਰ ਹੇਠ ਆਏ ਹੋਏ ਐਡੀ ਵੱਡੀ ਬਿਮਾਰੀ ਹੈ ਇਹ ਫਿਰ ਪ੍ਰਚਾਰ ਤਾਂ ਇਹ ਹੋ ਰਿਹਾ ਵੀ ਚਿੱਟਾ ਪਾਕਿਸਤਾਨ 'ਚੋਂ ਆ ਰਿਹਾ ਇਹ ਪ੍ਰਚਾਰ ਭਲਾ ਬਾਈ ਕੌਣ ਕਰ ਰਿਹਾ ਵੀ ਚਿੱਟਾ ਪਾਕਿਸਤਾਨ 'ਚੋਂ ਆ ਰਿਹਾ ਮੋਦੀ ਹਕੂਮਤ ਦਾ ਜ਼ੋਰ ਲੱਗਿਆ ਹੋਇਆ ਕਿ ਹਰੇਕ ਗੱਲ ਦੀ ਜ਼ਿੰਮੇਵਾਰੀ ਪਾਕਿਸਤਾਨ 'ਤੇ ਸੁੱਟ ਦਿਓ ਪਾਕਿਸਤਾਨ ਨਾਲ ਜੰਗ ਲਾਉਣੀ ਹੈ ਪਾਕਿਸਤਾਨ ਅੱਤਵਾਦੀ ਹੈ ਪਾਕਿਸਤਾਨ ਡਰੋਨ ਸਿੱਟਦਾ ਪਾਕਿਸਤਾਨ ਨਸ਼ੇ ਸਿੱਟਦਾ ਜੇ ਸਾਰਾ ਕੁਛ ਪਾਕਿਸਤਾਨ ਕਰੀ ਜਾਂਦਾ ਤਾਂ ਤੁਸੀਂ ਮੌਜ ਨਾਲ ਸੁੱਤੇ ਪਏ ਸੁੱਤੋ ਪਾਕਿਸਤਾਨੀ ਸਮਝਦਾ ਫਿਰ ਤੁਸੀਂ ਰਾਜ ਕਾਹਦੇ ਵਾਸਤੇ ਕਰਦੇ ਹੋ ਭਾਈ ਫਿਰ ਸਾਡੇ ਵਾਸਤੇ ਸਵਾਲ ਹੈ ਵੀ ਇਹ ਨਸ਼ਿਆਂ ਦਾ ਖੁਰਾ ਖੋਜ ਨੰਗਾ ਕਰੋ ਵੀ ਆ ਕਿੱਧਰੋਂ ਰਿਹਾ ਇਹ ਫਿਰ ਕੁਛ ਨਾ ਕੁਛ ਪੜ੍ਹਨਾ ਲਿਖਣਾ ਤਾਂ ਪਊਗਾ ਨਾ ਬਾਈ ਕੋਈ ਕਿਤਾਬ ਚੱਕਣੀ ਪਊ ਕੋਈ ਆਰਟੀਕਲ ਚੱਕਣਾ ਪਊ ਕੋਈ ਅਖਬਾਰ ਚੱਕਣਾ ਪਊਗਾ ਉਹ ਫਿਰ ਅਸੀਂ ਸਾਰੇ ਚੱਕੇ ਆ ਅਤੇ ਤੁਹਾਨੂੰ ਵੰਡੇ ਆ ਨਸ਼ਾ ਜਿਹੜਾ ਸਿੰਥੈਟਿਕ ਹੈ ਜਾਨੀ ਲਿਖਤਾਂ ਕਹਿੰਦੀਆਂ ਨੇ ਵੀ ਕੋਈ ਪਾਕਿਸਤਾਨ 'ਚੋਂ ਨਹੀਂ ਆਉਂਦਾ ਨਸ਼ਿਆਂ ਦੀ ਸਪਲਾਈ ਦੇ ਵਿੱਚ ਸਾਰੀ ਦੁਨੀਆ 'ਚ ਇੱਕ ਨੰਬਰ 'ਤੇ ਚੀਨ ਹੈ ਅਤੇ ਦੂਜੇ ਨੰਬਰ 'ਤੇ ਭਾਰਤ ਹੈ ਇਹਨਾਂ ਦੀ ਸਪਲਾਈ ਦੁਨੀਆ ਦੇ ਸਮਗਲਰ ਦੇਸ਼ਾਂ ਦੇ ਸਿਆਸੀ ਲੀਡਰ ਅਤੇ ਵੱਡੀ ਅਫਸਰਸ਼ਾਹੀ ਦੇ ਮੇਲ ਜੋਲ ਨਾਲ ਇਹਨਾਂ ਦੀ ਸਪਲਾਈ ਹੁੰਦੀ ਇਹ ਜਿੰਨਾ ਚਿਰ ਇਹ ਗੱਠਜੋੜ ਨਸ਼ੇ ਕਰਾਊਗਾ
ਤਾਂ ਨਸ਼ੇ ਨਹੀਂ ਰੋਕੇ ਜਾ ਸਕਦੇ ਬਾਈ। ਆਹ ਨਿਰਸਜ ਹੈ ਸਾਡਾ ਕਿ ਇਹ ਨਸ਼ੇ ਪਿੰਡਾਂ ਦੇ ਬਲੈਕੀਏ ਚੱਕ ਲਏ, ਪਿੰਡਾਂ ਦੇ ਨਸ਼ੇ ਕਰਨ ਵਾਲੇ ਚੱਕ ਲਏ। ਜੇ ਕਹਿੰਦੇ ਬਘਿਆੜ ਭਾਲਣਾ ਹੋਵੇ ਨਾ, ਲੇਲਿਆਂ ਦੇ ਬਾੜੇ ਦੀ ਤਲਾਸੀ ਨਾਲ ਨਹੀਂ ਬਘਿਆੜ ਭਾਲਿਆ ਜਾ ਸਕਦਾ। ਜੇ ਲੇਲਿਆਂ ਨੂੰ ਕੁੱਟ ਕੁੱਟ ਕੇ ਬਘਿਆੜ ਦੇ ਟਿਕਾਣੇ ਦਾ ਪਤਾ ਕਰਨ ਵਾਸਤੇ ਖੇਖਣ ਕਰਦੇ ਨੇ ਤੁਸੀਂ, ਤਾਂ ਤੁਸੀਂ ਬਘਿਆੜ ਨੂੰ ਭਾਲਣ ਦੀ ਤੁਹਾਡੇ ਮਨ ਦੇ ਵਿੱਚ ਇੱਛਾ ਨਹੀਂ ਹੈ, ਤੁਹਾਡਾ ਇਰਾਦਾ ਨਹੀਂ ਹੈ ਬਘਿਆੜ ਨੂੰ ਭਾਲਣ। ਇਹ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ, ਹੁਣ ਦੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ। ਹੁਣ ਜੇ ਐਂ ਪੁੱਛਣਾ ਹੋਵੇ ਅਡਾਨੀ ਦਾ ਸਮੁੰਦਰੀ ਬੰਦਰਗਾਹ ਦੇ ਉੱਤੋਂ ਇੱਕ ਜਹਾਜ਼ ਫੜਿਆ ਗਿਆ, ਉਹ 'ਚ 3,000 ਕਿਲੋ ਹੀਰੋਇਨ ਫੜੀ ਗਈ ਜਿਹਦੀ ਕੀਮਤ 21,000 ਕਰੋੜ ਰੁਪਈਆ ਹੈ। ਜਦੋਂ ਉਹਨੂੰ ਪੁੱਛਿਆ ਵੀ ਤੂੰ ਆਹ ਹੀਰੋਇਨ ਫੜੀ ਗਈ ਬਾਈ ਤੇਰੇ ਸਮੁੰਦਰੀ ਤੱਟ ਦੇ ਜਹਾਜ਼ 'ਚੋਂ, ਤਾਂ ਇਹ ਕਹਿ ਕੇ ਖੜਾ ਛਡਾ ਗਿਆ ਮੇਰਾ ਕੰਮ ਕਹਿੰਦਾ ਢੋ ਢੁਆਈ ਕਰਕੇ ਉਹਦਾ ਕਿਰਾਇਆ ਲੈਣ ਦਾ। ਉਹ ਢੋ ਢੁਆਈ ਦਾ ਸਮਾਨ ਕੀ ਹੈ, ਕਿੱਥੇ ਜਾ ਰਿਹਾ, ਕਿੱਥੋਂ ਆਇਆ, ਇਹ ਤਲਾਸ਼ੀ ਲੈਣਾ, ਕਹਿੰਦਾ ਪੁਲਿਸ ਦਾ ਕੰਮ ਹੈ, ਕਹਿ ਕੇ ਨਿਕਲ ਗਿਆ। ਹੁਣ ਜੇ ਤੁਹਾਡੇ ਤੂੜੀ ਵਾਲੇ ਭਲਾ 4 ਢੋਲ ਪਾਏ ਹੁਣ ਦਾਰੂ ਦੇ, ਤੁਸੀਂ ਕਹੋ ਵੀ ਮੈਂ ਤਾਂ ਸੁਭਾਅ ਤੂੜੀ ਪਾਉਣ ਵਾਸਤੇ ਰੱਖੀ ਆ, ਉੱਥੇ ਦਾਰੂ ਦੇ ਢੋਲ ਕੌਣ ਧਰ ਗਿਆ, ਮੈਨੂੰ ਕੀ ਪਤਾ ਪੁਲਿਸ ਬਣ ਜਾਊ। ਤੁਹਾਨੂੰ ਕੱਲ੍ਹ ਫੜ ਕੇ ਅੰਦਰ ਦੇਊਗੀ ਨਾ ਭਾਈ, ਇਹਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ, ਕਿਉਂਕਿ ਮੋਦੀ ਦਾ ਬੰਦਾ। ਗੱਲ ਹੀ ਰੋਲਤੀ ਨਹੀਂ ਤੇ ਗੱਲ। ਯਾਨੀ ਜਿਹੜੇ ਇਹ ਵੱਡੇ ਲੋਕ ਨੇ ਸਮਗਲਿੰਗ ਆਪ ਕਰਦੇ ਨੇ, ਛਤਰੀ ਵੱਡੇ ਲੋਕਾਂ ਦੀ ਹੈ ਜਿਹੜੇ ਸੱਤਾ 'ਤੇ ਕਬਜ਼ਾ ਕਰੀ ਬੈਠੇ ਨੇ। ਹੁਣ ਤੁਸੀਂ ਸਾਰਿਆਂ ਨੇ ਖਬਰ ਪੜ੍ਹੀ ਹੋਣੀ, ਅਕਾਲੀ ਸਰਕਾਰ ਵੇਲੇ ਜਗਦੀਸ਼ ਭੋਲਾ ਫੜਿਆ ਗਿਆ, 6,000 ਕਰੋੜ ਦਾ ਨਸ਼ਾ ਤਸਕਰ ਦਾ ਸਮਾਨ ਫੜਿਆ ਗਿਆ, 6,000 ਕਰੋੜ ਰੁਪਈਏ ਦਾ। ਜਦੋਂ ਫੜ ਕੇ ਤਫਤੀਸ਼ ਕੀਤੀ ਉਹਨੇ 9 ਗੁਣਿਆਂ 'ਤੇ, ਮਨਿੰਦਰ ਔਲਖ ਹੈ ਜੀ, ਜਗਦੀਸ਼ ਚਾਹਲ ਹੈ ਜੀ, ਮਜੀਠੀ ਹੈ ਜੀ, ਰਤਨਾ ਜਨਾਲਾ ਹੈ ਜੀ, ਅਮਰਪਾਲ ਬੋਨੀ ਹੈ ਜੀ, ਚੁੰਨੀ ਲਾਲ ਗੱਬ ਹੈ ਜੀ, ਉਹਨੇ ਇਕੱਲੇ ਇਕੱਲੇ ਦੇ 9 ਗੁਣਿਆਂ 'ਤੇ। ਆਹ ਸਾਰੇ ਕਹਿੰਦਾ ਵਿੱਚ ਨੇ ਸਾਡੇ। ਜਦੋਂ ਮਨਿੰਦਰ ਔਲਖ ਦਾ ਛਾਪਾ ਮਾਰਿਆ 6 ਕਰੋੜ ਦਾ ਨਸ਼ਾ ਫੜਿਆ ਗਿਆ, ਜਦੋਂ ਜਗਜੀਤ ਚਾਹਲ ਨੂੰ ਫੜਿਆ ਉਦੋਂ 3 ਫੈਕਟਰੀਆਂ ਨਸ਼ੇ ਤਿਆਰ ਕਰਨ ਵਾਲੀਆਂ ਫੜੀਆਂ ਗਈਆਂ। ਕੁਛ ਨਹੀਂ ਹੋਇਆ ਉਹਨਾਂ ਨੂੰ। ਇਹ ਲਿਖਤ ਦੱਸਦੀ ਹੈ ਕਿ ਜਿਹੜੇ ਸਿੰਥੈਟਿਕ ਨਸ਼ੇ ਨੇ ਉਹਨਾਂ 'ਚ ਜਿਹੜੀ ਰਸਾਇਣ ਪਦਾਰਥ ਪੈਂਦੀ ਹੈ ਐਫੀਡਰੀਨ ਉਹਦਾ ਨਾਂ ਹੈ ਰਸਾਇਣ ਪਦਾਰਥ ਦਾ, ਉਹ ਭਾਰਤ ਦੇ ਵਿੱਚ ਤਿਆਰ ਹੁੰਦੀ ਹੈ, ਭਾਰਤ ਦੇ ਵਿੱਚ। 2019 'ਚ ਉਹ 58 ਟਨ ਤਿਆਰ ਹੋਈ ਇੱਕ ਸਾਲ 'ਚ, 58 ਟਨ, ਅਤੇ ਅਗਲੇ ਸਾਲ 77 ਟਨ ਹੋ ਗਈ। ਉਹ ਚਿੱਟੇ ਦੇ ਵਿੱਚ ਅਤੇ ਦੂਜੇ ਨਸ਼ਿਆਂ 'ਚ ਪੈਂਦੀ ਹੈ, ਚਿੱਟੇ ਬਣਦੇ ਨੇ ਉਹਦੇ ਨਾਲ। ਉਹ ਲਿਖਤ ਕਹਿੰਦੀ ਹੈ ਵੀ ਜਿਹੜਾ ਚਿੱਟਾ ਉਹ ਸਿੰਥੈਟਿਕਾਂ ਨਾਲ ਬਣਦਾ, ਉਹਦੀ 1 ਗ੍ਰਾਮ ਦੀ ਕੀਮਤ ਹੈ ਜਿਹੜੀ ਉਹ 400 ਰੁਪਈਆ, 600 ਵੇਚ ਦਿੰਦੇ ਆ। ਇਹ ਉਹਨਾਂ ਦੀ ਤੈਅ ਕੀਤੀ ਹੋਈ ਹੈ ਕੀਮਤ 400-600। ਜੇ 400 ਅਤੇ 600 ਰੁਪਈਆ ਆਪਾਂ ਮੰਨੀਏ ਨਾ ਬਾਈ ਕੀਮਤ ਉਹਦੀ,
ਤਾਂ 1 ਕਿਲੋ ਚਿੱਟੇ ਦੀ ਕੀਮਤ 4 ਕਰੋੜ ਤੋਂ ਲੈ ਕੇ 6 ਕਰੋੜ ਤੱਕ ਬਣ ਗਈ। ਹੁਣ ਜੇ ਪੰਜਾਬ ਦੀ ਗਾਥਾ ਸੁਣੋ, ਹੁਣ ਇਸ ਵੇਲੇ ਚਿੱਟਾ ਪੀਣ ਵਾਲੇ ਬੰਦੇ ਵਿੱਚ ਬੈਠੇ ਹੋਣਗੇ, ਸੁਣਦੇ ਵੀ ਹੋਣੇ, ਵੇਚਣ ਵਾਲੇ ਵਿੱਚ ਬੈਠੇ ਹੋਣ। 1 ਗ੍ਰਾਮ ਚਿੱਟੇ ਦੀ ਕੀਮਤ ਪਤਾ ਕਿੰਨੀ ਹੈ? 5000 ਰੁਪਈਆ। ਹੁਣ ਗਾਹਕ ਘੱਟ ਗਏ ਆ ਪ੍ਰਚਾਰ ਨਾਲ, ਹੁਣ 4500 ਕਰਤੀ। ਜੋੜ ਲਓ ਵੀ ਕਿਲੋ ਦੀ ਕੀਮਤ ਕਿੰਨੀ ਬਣ ਗਈ। ਆਹ ਜਿਹੜਾ ਪ੍ਰਚਾਰ ਹੋ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚੋਂ ਚਿੱਟਾ ਆਉਂਦਾ ਹੈ, ਕੀ ਭਾਰਤ ਸਰਕਾਰ ਦੇ ਅਧਿਕਾਰੀ ਦੇ ਪੰਜਾਬ ਸਰਕਾਰ ਦੇ ਨੁਮਾਇੰਦੇ ਗੱਲ ਦਾ ਜਵਾਬ ਦੇਣਗੇ ਕਿ ਐਫੀਡੀਨ 58 ਟਨ ਅਤੇ 77 ਟਨ ਤੁਹਾਡੇ ਭਾਰਤ ਦੇ ਵਿੱਚ ਪੈਦਾ ਨਹੀਂ ਹੋਈ? ਕੀ ਇਹ ਗਲਤ ਹੈ? ਇਹ ਸਿੰਥੈਟਿਕ ਨਸ਼ਿਆਂ ਨੂੰ ਤੁਸੀਂ ਲੋਕਾਂ ਕੋਲ ਲੈ ਕੇ ਜਾਂਦੇ ਹੋ, ਕੀ ਇਹ ਗਲਤ ਹੈ? ਕੌਮਾਂਤਰੀ ਨਸ਼ਾ ਕੰਟਰੋਲ ਬੋਰਡ ਦੁਨੀਆ ਪੱਧਰ ਦਾ ਇੱਕ ਆਜ਼ਾਦ ਅਦਾਰਾ ਬਣਿਆ ਹੋਇਆ, ਉਹਨੇ UN ਨਾਲ ਮਿਲ ਕੇ ਰਿਪੋਰਟ ਤਿਆਰ ਕੀਤੀ ਕਿ ਜਿਹੜਾ ਭਾਰਤ ਮੁਲਕ ਹੈ ਇਹ ਰਸਾਇਣਕ ਨਸ਼ੇ ਅਤੇ ਸਿੰਥੈਟਿਕ ਨਸ਼ੇ ਤਿਆਰ ਕਰਨ ਦੇ ਵਿੱਚ ਚੀਨ ਨਾਲੋਂ ਮੂਹਰੇ ਲੰਘਣ ਵਾਲਾ ਹੈ। ਆਹ ਸਾਰੀਆਂ ਧਾਰਨਾ ਬਾਈ ਲਿਖਤੀ 'ਚ ਪਈਆਂ ਹੋਈਆਂ। ਹੁਣ ਜਿਹੜੀ ਛਤਰੀ ਦੀ ਗੱਲ ਕਰਦਾ ਮੈਂ, ਉਹਦਾ ਵੱਡੀਆਂ ਗੱਲਾਂ ਨੇ। ਜਗਦੀਸ਼ ਭੋਲਾ ਨੇ ਹੋਰਾਂ ਦੇ ਨਾਂ ਬਹੁਤ ਲਏ, ਇੱਕ ਚੁੰਨੀ ਲਾਲ ਗਾਬਾ ਦਾ ਨਾਂ ਲਿਆ, ਉਹਦੀ ਹਿਮਾਚਲ ਦੇ ਵਿੱਚ ਗਗਰੇਟ ਸ਼ਹਿਰ ਦੇ ਵਿੱਚ ਫੈਕਟਰੀ ਹੈ, ਆਈਸ ਤਿਆਰ ਕਰਦੀ ਆ ਉਹ ਆਈਸ ਨਸ਼ਾ। ਤਿੰਨ ਨੇ ਇਹ ਮੈਥੋਇਲ, ਮਥਾਈਨ ਅਤੇ ਆਈਸ, ਇਹ ਤਿੰਨ ਕਿਸਮ ਦੀਆਂ ਸਿੰਥੈਟਿਕ ਨੇ। ਉਹਨਾਂ 'ਚੋਂ ਆਈਸ ਨਾਂ ਦੀ ਜਿਹੜੀ ਸਿੰਥੈਟਿਕ ਹੈ ਗਗਰੇਟ ਫੈਕਟਰੀ ਦੇ ਵਿੱਚ ਤਿਆਰ ਹੁੰਦੀ ਆ, ਜਿਹਦਾ ਮਾਲਕ ਚੁੰਨੀ ਲਾਲ ਗਾਬਾ ਹੈ। ਚੁੰਨੀ ਲਾਲ ਗਾਬਾ ਨੂੰ ਜਦੋਂ ਫੜਿਆ ਤਾਂ ਉਹਦੇ ਸਟੋਰ ਦੇ ਵਿੱਚੋਂ 600 ਕਰੋੜ ਦੀ ਨਸ਼ਿਆਂ ਦੀ ਤਸਕਰੀ ਦਾ ਸਮਾਨ ਫੜਿਆ ਗਿਆ। ਜਦੋਂ ਉਹਨੂੰ ਪੁੱਛਿਆ, ਦੁਨੀਆ ਦੇ 2 ਵੱਡੇ ਸਮਗਲਰ, ਇੱਕ ਦਾ ਨਾਂ ਹੈ ਬਰਿੰਦਰ ਰਾਜਾ, ਇੱਕ ਦਾ ਨਾਂ ਹੈ ਦਵਿੰਦਰ ਕਾਂਤ ਸ਼ਰਮਾ। ਜਿਹੜਾ ਦਵਿੰਦਰ ਕਾਂਤ ਸ਼ਰਮਾ ਹੈ ਉਹ ਭਾਰਤ ਦੇ ਵਿੱਚੋਂ ਸਮਗਲਰ ਕਰਕੇ ਮੈਕਸੀਕੋ ਵਰਗੇ ਮੁਲਕਾਂ ਨੂੰ, ਲਾਓਸ ਨੂੰ, ਬਰਮਾ ਨੂੰ, ਥਾਈਲੈਂਡ ਨੂੰ, ਇਹਨਾਂ ਮੁਲਕਾਂ ਨੂੰ ਉਹ ਨਸ਼ਿਆਂ ਦੀ ਸਪਲਾਈ ਕਰਦਾ। ਅਤੇ ਚੁੰਨੀ ਲਾਲ ਗੈਬਾ ਦੀ ਡਾਇਰੀ ਵਿੱਚੋਂ ਇਹ ਨਿਕਲਿਆ ਕਿ ਜਿਹੜਾ ਜੇਲ੍ਹ ਮੰਤਰੀ ਹੈ ਸਰਬਣ ਸਿੰਘ, ਉਹਦਾ ਮੁੰਡਾ ਦਵਨਵੀਰ ਦਵਿੰਦਰ ਪਾਲ ਨਾਲ ਅਤੇ ਬਰਿੰਦਰ ਰਾਜਾ ਨਾਲ ਮੇਰੀ ਮੁਲਾਕਾਤ ਉਹਨੇ ਕਰਵਾਈ ਆ, ਉਹਨੇ ਕੰਟੈਕਟ ਕਰਵਾਇਆ ਬਈ ਇੱਥੋਂ ਮਾਲ ਚੱਕਿਆ ਕਰ ਅਤੇ ਵਿੱਚ। ਛਤਰੀ ਬਾਈ ਕਿਹਦੀ? ਸਰਕਾਰ ਦੀ ਨਹੀਂ, ਉਹਨਾਂ ਨੂੰ ਕਿਸੇ ਨੇ ਪੜਿਆ। ਸ਼ਰੇਆਮ ਹਰਦਿਆਲ ਮਾਨ SSP ਨੇ ਫੜਿਆ ਸੀ ਜਗਦੀਸ਼ ਭੋਲਾ ਨੂੰ, ਉਹਦੇ IG ਤੇ ਉਹਨਾਂ ਦੋਨਾਂ ਨੇ ਸਾਂਝੀ ਪ੍ਰੈਸ ਦੇ ਵਿੱਚ ਸਟੇਟਮੈਂਟ ਦਿੱਤੀ ਆ ਕਿ ਜਗਦੀਸ਼ ਭੋਲਾ ਨੇ ਜੋ ਇਕਬਾਲ ਕੀਤਾ ਉਹਦੇ ਵਿੱਚ ਵੱਡੇ ਵੱਡੇ ਵਪਾਰੀਆਂ ਦੇ, ਸਿਆਸੀ ਲੀਡਰਾਂ ਦੇ, ਅਫਸਰਾਂ ਦੇ ਨਾਂ ਆਉਂਦੇ ਆ। ਮਜੀਠੀਏ ਦਾ 1 ਨੰਬਰ 'ਤੇ ਨਾਂ ਆਇਆ,
हरकत जाया प्रशासन। थोड़े दिन बाद सुखबीर बादल का बयान आ जाता कि पंजाब दे विच नशियां दा छेवा दरिया चलण दा जिहड़ा बयान है यह पंजाब दे नौजवानों नूं बदनाम करने वाला बयान है। वरिंदर राजा दा ते दविंदर कात शर्मा दा मजीठिए दा ते रतन अजनाले दा नशियां दी सप्लाई दे विच कोई संबंध नहीं है। उप मुख्यमंत्री यह बयान दिंदा है, एक बयान दे विच आपदे रिश्तेदारां नूं बरी कर जांदा। की तुसीं कहोगे नहीं बई इहनां नूं सियासी छतरी इहनां दे उत्ते? हुण फिर तुहाडे सामने यह सवाल उठता है भी हुण तां अकालियां दी सरकार है नहीं, उदों बाद कांग्रसी भी आके लंघ गए ते हुण डेढ़ साल हो गया आप वालां दी है। ये छतरी हुण लभण लगे हुए हैं। अगला जिहड़ा प्रोग्राम करना है ना भाई, वह छतरी नूं लंघे करांगे उहदी भी कौन कौन ने। गल्लां आईयां होईयां ने फलाणे एमएलए दी घरवाली वेचदी है, फलाणे वजीर दा रिश्तेदार वेचदा है, फलाणी जगह ते चेयरमैन बुकमाउंदा है, पर यह खुंड गल्लां ने। असीं खुंड गल्लां कदे भी लेके नहीं आते, असीं तथ लेके आने। सबूत पे ने जिहदी मर्जी जदों मर्जी जिथे मर्जी बहस कर लो, ऐसे तरह लेके आवांगे तथ। इस करके ये सियासी सत्री है भाई, बक्यांदे क्यों ने इहदा जिक्र चमकौर कर गया, क्योंकि बड़े कारपोरेट घराने का सोडे सारे साजो समान से जिदे नाली बच्चे पाल दें उन्होंने कब्जा करा सोडी इस पीढ़ी जिन्हें बगावत नू नाबरी के रुझान नू कायम रखना है, जिन्हें हाकमां दे मूहरे हिक तान के खड़ना है, जिन्हें पछम चों उठी नेरी नू रोकना है, उहदे विच लड़न दा मादा खत्म करन दी वाली गल नू लैके भाई इह उहनां ने आह काम कीता होया। एक तां उहनां दा इह निशाना है, दूजा उहनां दा इह निशाना है इहदे च अन्ना मुनाफा है। ते पैसा इकट्ठा बहुत हुंदा है, शरमाया इकट्ठा करके सत्ता दीआं पौड़ियां राहीं ताकत हासिल करना दूजा इह निशाना है। चक लो 452 पार्लीमेंट मैंबरां दी लिस्ट, 452 दे विच्चों पूरे अंकड़े मेरे कोल है नहीं, 542 दे विच्चों 400 दे लगभग क्रिमिनल लोग ने भाई, क्रिमिनल लोग, क्योंकि उन्होंने कोल पैसा है, वो पैसे नाल ताकत हासिल कर लेंगे, ताकत हासिल करके आ सारा कुछ कर आ सारे फैसले। सोडा की हुंदा, सोडा की बन गया हुण? सोडा कई बारी सवाल हुंदा जां मीडिया वाले सवाल कर देंगे, ना राजे तो बंद होया जी ये, ना बादल तो बंद होया, ना ये भगवंत मान तो बंद होया, तुसीं भला किहदे बेचारे हो, बंद करवा दो। हुण रब जे कि सुनता होवे जिहड़े असीं नहीं रब नूं पूजन वाले लोग हाँ, वह अगे गल अकवाल करते हैं साढ़े ग्रंथ गुरु ग्रंथ गीता कुरान ते बाइबल। असी सिख कम्युनिटी नाल जुड़े हुए हाँ,
दसवें गुरु ने इकबाल किया कि भरावो संगत तो बड़ा कोई नहीं हुंदा इत्थे। इहदा मतलब संगत दे फैसलियां नूं परमात्मा भी नहीं मोड़ सकता, आ बनता मतलब। संगत तां फिर तो उदों बनूगी इह जदों तुसीं माहौल दिल्ली वाले मोर्चे वर्गा बना लिया। हुण सवाल यह है, अपने अंदोलन तो पहला नशे की मुहिम चली हुई है, जिहड़ियां पिंडां च कमेटियां बनदियां ने वो लिस्टां बनाउण लग जांदे ने, नशे किन्ने लोग बेचते ने, किन्ने नशेड़ी ने, जे किसी का पता लग जाए भी फलाने के घर वाली बेचती है, फलाना दुकानदार है कैप्सूल बेचता है, असी कट्ठे हुन्ने उन्हें जाके फड़ लें, उहदे कोलों कुछ ना कुछ माल निकलता, छेत्र पतैन करके उन्हें पुलिस च फड़ा लें। आपां इह समझदे हां ਇਹ ਨਹੀਂ ਵੀ ਤੁਸੀਂ ਉਹਨਾਂ ਨੂੰ ਟੋਕਣਾ ਨਹੀਂ, ਇਹ ਵੀ ਨਹੀਂ ਵੀ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ, ਪਰ ਆਪਾਂ ਇਹ ਕਹਿੰਦੇ ਹਾਂ ਵੀ ਉਹਨਾਂ ਨੂੰ ਤੁਸੀਂ ਇਹ ਸਮਝੋ ਵੀ ਉਹ ਵੱਡੇ ਮੁਰਜਮ ਨਹੀਂ। ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਤੁਸੀਂ ਮਰੀਜ਼ ਸਮਝੋ। ਕੋਈ ਵੀ ਬੰਦਾ ਤੁਹਾਡੇ ਜਬਰੀ ਰੋਕ ਕੇ ਤਾਂ ਰੋਕ ਨਹੀਂ ਸਕਦਾ। ਇੱਥੇ ਪਰਦਾ ਲਾ ਦਿਓ ਤੁਸੀਂ ਵੀ ਇੱਧਰ ਦੇ ਪਾਸੇ ਭਾਈ ਕਿਸੇ ਨੇ ਨਹੀਂ ਆਉਣਾ, ਇਹ ਪਰਦੇ ਦੇ ਪਿੱਛੇ ਪਾਸੇ ਗਧਾ ਖੜਾ ਦਿਓ, ਤੁਸੀਂ ਸਾਰੇ ਭੱਜ ਭੱਜ ਜਾਓਗੇ। ਪਹਿਲਾਂ ਇਹ ਕਹੋਗੇ ਪਰਦੇ ਦੇ ਪਿੱਛੇ ਦੇਖੀ ਕੀ ਹੈ, ਤੁਹਾਡੀ ਇੱਛਾ ਹੋਊਗੀ ਆਹ ਦੇਖੀਏ, ਭਾਵੇਂ ਮਗਰ ਜਾ ਕੇ ਗਧਾ ਦੇਖ ਕੇ ਦੂਜਾ ਦੂਜੇ ਨੂੰ ਦੱਸਣਾ ਨਹੀਂ ਕੀ ਦੇਖ ਕੇ ਹੈ, ਉਹ ਚੁੱਪ ਕਰ ਜੂਗਾ ਵੀ ਦੱਸੀਏ ਕਿਹਨੂੰ। ਤੁਸੀਂ ਉੱਧਰ ਜਾਓਗੇ ਜਿੱਧਰ ਨੂੰ ਤੁਹਾਨੂੰ ਰੋਕਣਗੇ, ਫਿਰ ਨਸ਼ੇ ਵਾਲਾ ਤੁਹਾਡੇ ਜਬਰੀ ਧੱਕੇ ਨਾਲ ਐਂ ਡਾਂਗਾਂ ਮਾਰ ਕੇ ਕੁੱਟ ਕੇ ਲੱਤਾਂ ਤੋੜ ਕੇ ਕੈਦ ਕਰਕੇ ਸੰਗਲ ਲਾ ਕੇ ਕਿਵੇਂ ਰੁਕੂਗਾ ਬਾਈ। ਕੌਂਸਲਿੰਗ ਕਰੋ ਉਹਦੀ, ਤੁਹਾਡਾ ਉਹ ਬੱਚਾ ਹੈ ਉਹਦੇ ਨਾਲ ਤੁਹਾਡਾ ਭਵਿੱਖ ਹੈ। ਕਿੰਨੀਆਂ ਭੈਣਾਂ ਬੈਠੀਆਂ ਨੇ, ਨਿਗਾਹ ਮਾਰ ਲਓ, ਤੁਸੀਂ ਸਾਰੇ ਭਰਾ ਬੈਠੇ ਹੋ, ਥੋੜ੍ਹੀ ਜਿਹੀ ਨਿਗਾਹ ਮਾਰੋ। ਆਪਣੇ ਕਹਿ ਕੇ ਬੱਚੇ ਨੇ ਬਾਈ, ਕਿਸੇ ਦੇ ਇੱਕ ਪੋਤਾ, ਕਿਸੇ ਦੇ ਇੱਕ ਪੋਤਾ ਅਤੇ ਪੋਤੀ ਹੈ, ਕਿਸੇ ਦੇ ਇਕੱਲੇ ਹੀ ਮੁੰਡਾ, ਉਦੋਂ ਬਾਅਦ ਬੱਚਾ ਲਿਆ ਹੀ ਨਹੀਂ, ਕੁੜੀ ਹੈ ਹੀ ਨਹੀਂ। ਉਸ ਬੱਚੇ ਨੂੰ ਜਿਹੜਾ ਤੁਹਾਡੀ ਸੰਤਾਨ ਤੁਹਾਡੀ ਵਾਰਸ ਬਣਨੀ ਹੈ, ਜੇ ਉਹ ਗਲਤ ਰਸਤੇ ਪੈ ਗਿਆ ਉਹਨੂੰ ਮੁਰਜਮ ਕਿਉਂ ਸਮਝ ਲਿਆ। ਉਹਨਾਂ ਨੂੰ ਪ੍ਰੇਰੋ, ਉਹਨਾਂ ਨੂੰ ਨਾਲ ਲਓ। ਜਿਹੜੇ ਛੋਟੇ ਸਮਗਲਰ ਨੇ ਉਹਨਾਂ ਨੂੰ ਵੀ ਹਟਾ ਕੇ ਆਪਣੇ ਨਾਲ ਲੈ ਲਓ, ਉਹ ਦੱਸਣਗੇ ਤੁਹਾਨੂੰ ਕਿ ਬਰਨਾਲੇ ਦੇ ਵਿੱਚ ਸਭ ਤੋਂ ਵੱਡਾ ਸਪਲਾਇਰ ਕਿਹੜਾ ਹੈ। ਪੈੜਾਂ ਉੱਥੋਂ ਨਿਕਲਣਗੀਆਂ, ਠੀਕ ਹੈ ਅਸੀਂ ਰੋਕਦੇ ਨਹੀਂ। ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ, ਅਸੀਂ ਕਮੇਟੀਆਂ ਬਣਨ ਉਹਨਾਂ ਦਾ ਸਹਿਯੋਗ ਕਰ ਸਕਦੇ, ਪਰ ਕਮੇਟੀਆਂ ਕੰਮ ਕਰਨ ਦਾ ਤਰੀਕਾ ਉਹਨਾਂ ਦਾ ਆਪਦਾ ਹੋਊਗਾ। ਜੇ ਸਾਨੂੰ ਕਿਤੇ ਕਮੇਟੀਆਂ ਦਾ ਤਰੀਕਾ ਗਲਤ ਲੱਗਦਾ ਉੱਥੇ ਸੁਝਾਅ ਦੇ ਸਕਦਾ, ਰੁਕਣਾ ਨਾ ਰੁਕਣਾ ਉਹਨਾਂ ਦੀ ਆਪਦੀ ਮਰਜ਼ੀ। ਜਥੇਬੰਦੀ ਸਮਝਦੀ ਹੈ ਵੀ ਇਹ ਕੰਮ ਵੱਡਾ, ਸੰਭਲ ਸੰਭਲ ਕੇ ਫੂਕ ਫੂਕ ਕੇ ਪੈਰ ਰੱਖਣਾ ਚਾਹੀਦਾ। ਵੱਡਾ ਜ਼ਰੂਰ ਹੈ, ਮੰਜ਼ਿਲ ਲੰਮੀ ਹੈ, ਰਸਤਾ ਔਖਾ ਹੈ, ਪਹੁੰਚਾਂਗੇ ਉੱਥੇ ਜਿੱਥੇ ਪਹੁੰਚਣਾ, ਤੈਅ ਵੀ ਕਰਾਂਗੇ, ਦਮ ਰੱਖ ਕੇ ਚੱਲਾਂਗੇ, ਉਲਟਾ ਚਿੱਤ ਕਰਕੇ ਦਿਖਾਉਣ ਦੀ ਵੀ ਕਰਾਂਗੇ। ਇਹ ਮਨ 'ਚ ਤਮੰਨਾ ਹੁੰਦੀ ਹੈ, ਰਾਹ 'ਚ ਦਮ ਟੁੱਟ ਜੂਗਾ ਟੁੱਟ ਜੇ,
इस करके ये साडा एक कार्ज कढ़िया होया, वो कार्ज नू नेपरे चाढ़न की खातर जिवें तुसीं अज ही आए हो इत्थे, बहुत कहा सी भी छोटे भी गल्लां कर लिओ, अजे भी बंदे टैंपू लेके आए ने पिंडां च, बंदे फिर भी इत्थे बैठण नू थां नहीं, साडी तसल्ली नहीं हुई क्योंकि कचहरियां च जगह ही थोड़ी है, साडा तां बहुत वड्डा हिस्सा बाहर बैठा, ऐडा प्रबंध ही नहीं साडे कोल, दाणा मंडी तो बिना होर कोई जगह ही नहीं जिहड़ी सानूं सांभ सके। इस करके इहनू ऐ ना समझ लो भी इह छोटी गल है। एक बार यह अखबार लिखत दे विच आउंदा है 2021 दे विच अमरीका की एक एजेंसी रिपोर्ट दिंदी है कि 10 महीनों च अमरीका च नशा करके चिट्टा, जिहड़ा भगत कहिंदा वी बाहरले मुल्कां ने चिट्टे की आग्या देती, अमरीका दे विच 2021 10 महीनों दे विच 10,06,000 बंदा चिट्टा पी के मर गया। ये भारत का कल्ले का मुद्दा नहीं है, ये बहुत बड़ा मुद्दा है। आ जिहड़ी मैं बंदरगाह की गल करदा, मुंद्रा नाँ की एक बंदरगाह है, समुद्री अड्डा जिहनूं कहिंदे आ, उत्थे आ के जहाज खड़ जांदे ने जिन्हां विच नशा डक्या हुंदा भरिया हुंदा, एजेंसियां नहीं चैक कर सकदियां जिन्ना चिर उहनां नूं कोई रिसीव करन नहीं आउंदा, चाहे 6 महीने ना आवे, साल ना आवे, चाहे जमी ना आवे, एजेंसियां उहनूं हत्थ नहीं ला सकदियां। इस करके भरावो भैनों अपना काम यह है कि तुसी चुल्हे चुल्हे तक जाके ये घर घर की आवाज़ नूं किवें बना दो, अजे इस पहरे ते किहदी लोड़ नहीं नशा बंद करन दी। नशा कला ये नहीं भी कला चिट्टा ही नशा है, फीम भी नशा है, सुखा भी नशा है, गांजा भी नशा है, सुल्फा भी नशा है, ते दारू भी नशा है। ये नशा ने आ जड़ियाँ बैठियां ने मूहरे भैणा, ये तपाइया हुई ने, तपाइया हुई बहुतियां ने जिहड़ियां आपदे मन दे भेद नूं आपदे घर वाले तक नहीं दसदियां, जिन्हां दा पुत नशैड़ी है सर फेस करके नहीं दसदियां भी इहदे पापे नूं पता लग गया, उह कुट्टूगा कितें मेरा मुंडा खुदकुशी ना कर जाए। बहुत वड्डा दुखांत है भाई, इहदी पट्टी तुसीं करोगे, ओए पट्टी ना करो, टक तां नहीं मार रहे जख्म ते, जख्म ते बर्फ की डड़ी तां धरोगे तुसीं भाई, ऐं तां कहोगे भी बहुत माड़ी गल हो रही है, फिर घेर लाँगे सरकारां नूं भी, पुछांगे असीं कि तुसीं कहने हो कुदरती मार दी आप दे पैसे देण वास्ते खजाने च कुछ नहीं, रुजगार देने वास्ते खजाने च कुछ नहीं, कर्जा माफ करने वास्ते खजाने च कुछ नहीं, खुदकुशियां दे पीड़ितां नूं मुआवजा देने वास्ते खजाना खाली है, वो ऐ ते किहड़ा खजाना लगता है, आ तां बंद कर दिओ, तुसीं बंद करोगे कि फिर असीं सोनू बंद करिए, ये सवाल आ जाए भाई। कोई भी राजनीतिक नेता ये नहीं कह सकता भी मैं छोटा मुरजम नहीं हाँ, ना कांग्रेस वाला, ना अकाली, ना बीजेपी वाले, ना आप वाले, सज्जे खब्बियां दा तां कहना ही की है, कोई जवाब देगा
आ राजा हुण उही कहिंदा सी कहिंदा मैं एक महीने च गुटके दी सौं खा के भी नशा बंद कर दूंगा। इस करके भैणों ते भरावो अगला एक्शन साढ़े पिछले स्टेट के लीडर ने बोलना है, संकेत है भी महीने के बीच बीच एक एक्शन थोनू आना है, उदी तैयारी रखनी है। उदों फिर जिहड़ा काम सोडे कोल हुण नहीं होया किसे टामे पिंड ने किया होना है वह करना है। जिहड़े तुसीं पिंडां च मजारे किते ने हुण ढोल मार्च किते ने अगली बार मजारे इस तरह दे नहीं होने। अगली बार जिहड़े मजारे होणगे उच्च जाना है, उत्थे टीचरां नाल मीटिंग करनी है, उत्थे विद्यार्थियों नाल मीटिंग करनी है। सोडे काफले दे अगे ढोल होवे उहदे पिछे पासे विद्यार्थियों कोले बैनर फड़िया होवे, उहदे पिछे अध्यापकों कोले फट्टियां फड़ियां होण, उहदे पिछले पासे साडियां माइयां होण, उहदे पिछे साडे नौजवान सभा वाले मुंडे होण, उहदे पिछले पासे किसानां ते मजदूरां दा काफला होवे। पिंडां दे विच इस तरह दे मजारे होने चाहीदे ने, पिंड तां हिलणगे बई। एक समा सीमा तय हो सकती है, कुछ समा रख्या जा सकता है, पिंडां दे विच कैंप ला के प्रचार मुहिम नूं तिखा ते तेज करन दा। सोडा एक कम है कि चौकीदार आपदे फर्जां तों कताही ना करे। चौकीदार चौकीदार तां उहनां तक चौकीदार है जिन्ना चिर तक लोकां नूं सुणिया नहीं। जदों चौकीदार ने मुकम्मल होका कर लिया उदों चौकीदार होका दे के ऐवें कह सकदा हुण पैरे दी लोड़ नहीं, आ जाओ दो हथ करिए देख लांगे फिर कहानी किधर जाती है। दोस्तों ये कम सोडा तो पला हिलाउण दा कम है, ये कम तो भैणां ने कर देना, कुड़ियां ने कर देना, क्योंकि जिन्नी पीड़ इन्हां ने हंडाई है, जिन्ना दर्द इन्हां दे विच मनां दे विच भरिया होया है। जगह जगह तो आ रहे हैं कि पुत ने अपनी माँ का गल घोट के मार दिता, तो माँ के कन्नां दीआं बालियां जबरी पट के लै गया। इस करके भैणों ते भरावो चंगा हंगारा दिता तुसीं, चंगी गल है, पर यह तसली वाला अजे भी नहीं। असी तो समझते सी भी घट्टो घट 15,000 का कट्ठ बरनाले दीआं कचहरियां च होवे, तो यह टीचा अगली बारी हो सकता 20-25 दे जावड़े। इस करके इस मुहिम नूं हथ लो, लिखतां तुहाडे कोले ने, होर दे देंगे। भैणां दीआं मीटिंगां करा के भैणां दी गल समझ आवे कि नशे का मुद्दा की है, कौन कौन जिम्मेवार ने, कौन कौन ने असलीए दुश्मन दे, ते पर्दे पिछे किवें ने। जिवें कानूनां वेले पर्दा चुक्किया सी, लड़ाई मोदी नाल नहीं है, अडानिया अवानिया नाल है, कमांतरी समगलरां नाल है, लड़ाई 86 लोगों की पनाही नाल है, लड़ाई बड़ी अफसरशाही नाल है। ऐवें नहीं लगियां जिहड़ियां इंडस्ट्रियां सिंथेटिक बनाउंदियां ने, ना तो ऐ लिया सी भी इह दवाइयां बनाया करनगियां किसी नूं मिर्गी दी किसी नूं सुन्न करन दी, उहनां दे नां ते इह सिंथेटिक रसायनिक पदार्थां तैयार करके वड्डी शरमाएदारी इहनां दी पिट्ठ ते खड़ी हुई है। ये लड़ाई हाथ च लई है, तुसीं इहनूं सिरे लाउण दी खातर सिर तोड़ जतन करने ने, असीं लगे रहांगे। असीं आस करदे हां तुहाडे तों वी तुसीं वी इस तरह सहयोग दिंदे रहोगे। ਤੁਹਾਡਾ ਬਹੁਤ ਬਹੁਤ ਧੰਨਵਾਦ।